السلام علیکم. وعلیکم السلام جناب. ਸਾਰਿਆਂ ਕੋਲ ਪਹਿਲੇ ਤਾਂ ਆਪਣਾ ਨਾਮ ਦੱਸੋ. ਇਹ ਸਰ ਜੀ ਬੰਦਾ ਇਲਾ ਚੀਜ਼ ਨਬੀਲ ਰਜ਼ਾ ਫਰਮ ਕੁਰੇਟਾ ਜ਼ਬਿਲ ਅਬਨ ਸ਼ੈਤਾਨ ਰਾਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ. ਅਸਲਾਮ ਅਲੈਕਮ ਤੱਕਣੇ ਵਾਲੇ ਸਾਰਿਆਂ ਨਾਜ਼ਰੀਨ ਕੀ ਮੈਂ ਤੁਸਾਂ ਨਾਲ ਮੇਜ਼ਬਾਨ ਹੈ ਕਾਸ਼ਫ ਅਲੀ. ਤੁਸਾਂ ਤੱਕ ਕਿ ਆਪਣਾ ਯੂਟਿਊਬ ਚੈਨਲ ਸਾਜਨ ਨਿਆਜ਼ੀ ਨੇ ਰਿਆਲ ਆਸਾਂ ਇੱਕ ਵਾਰੀ ਫਿਰ ਜਿਹੜਾ ਨਾਮ ਕਿਲਾ ਕਰਜਾਈ ਨੇ ਮੁਕਾਮ ਉੱਪਰ ਆ ਤਈ ਹੈ. ਤਾਂ ਇਸ ਵਕਤ ਅਸਾਂ ਕਿਲਾ ਕਰਜਾਈ ਨੇ ਬਾਹਰ ਮੌਜੂਦ ਹੈ. ਇਨਸ਼ਾਅੱਲਾ ਅਸਾਂ ਕਿਲੇ ਨੇ ਅੰਦਰ ਵੀ ਜਾਸਾਂ ਤਾਂ ਉੱਥੇ ਜੁਲੀ ਤਾਂ ਫਿਰ ਕਿਲੇ ਨੇ ਜਿਹੜੇ ਅੰਦਰੂਨੀ ਮਨਾਜ਼ਰ ਹੈ ਉਹ ਤੁਸਾਂ ਕੀ ਦੱਸਾਂ. ਤਾਂ ਇਨਸ਼ਾਅੱਲਾ ਤੁਸੀਂ ਵੀਡੀਓ ਬੜੀ ਪਸੰਦ ਆਈ ਸੀ. ਅਗਰ ਵੀਡੀਓ ਪਸੰਦ ਅੱਛਾ ਤਾਂ ਅਸਾਂ ਨੇ ਯੂਟਿਊਬ ਚੈਨਲ ਸਾਜਨ ਨਿਆਜ਼ੀ ਦੇ ਦਿਆਲ ਕੇ ਸਬਸਕ੍ਰਾਈਬ ਕਰਿਆ, ਵੀਡੀਓ ਕੀ ਲਾਇਕ ਕਰਿਆ ਤਾਂ ਕਮੈਂਟ ਕਰਿਆ. ਨਾਜ਼ਰੀਨ ਤਾਂ ਇਸ ਵਕਤ ਅਸਾਂ ਮੌਜੂਦ ਹਾਂ ਕਿਲਾ ਕਰਜਾਈ ਨੇ ਅੰਦਰ. ਤਾਂ ਇੱਥੇ ਅਸਾਂ ਕੀ ਇੱਕ ਵਿਜ਼ਟਰ ਲੱਭੇ ਸਾਰਿਆਂ ਕੋਲ ਪਹਿਲੇ ਤਾਂ ਇਹਨਾਂ ਦਾ ਨਾਂ ਪੁੱਛਣੇ ਹਨ ਅਤੇ ਫਿਰ ਕਿਲੇ ਨੇ ਬਾਰੇ ਪੁੱਛਣੇ, ਫਿਰ ਇਹਨਾਂ ਕੋਲ ਪੁੱਛਣੇ ਕਿ ਤੁਸਾਂ ਕੀ ਇੱਥੇ ਕਿਲੇ ਪਰ ਅੱਛੀ ਕੈਸਾ ਮਹਿਸੂਸ ਹੋਇਆ. ਠੀਕ ਹੈ. ਅਸਲਾਮ ਅਲੈਕੁਮ. ਵਾਲੇਕੁਮ ਸਲਾਮ ਜਨਾਬ. ਸਾਰਿਆਂ ਕੋਲ ਪਹਿਲੇ ਤਾਂ ਆਪਣਾ ਨਾਮ ਦੱਸੋ. ਸਰ ਜੀ ਬੰਦਾ ਇਲਾ ਚੀਜ਼ ਨਬੀਲ ਰਜ਼ਾ ਅਤੇ ਜਨਾਬ ਤੁਸੀਂ ਇੱਥੇ ਕਿਲਾ ਕਰਜਾਈ ਵਾਲੀ ਸਾਈਡ ਆਏ ਹੋ. ਠੀਕ ਹੈ. ਇੱਥੇ ਨਾ ਵਿਜ਼ਿਟ ਕੀਤਾ ਨਹੀਂ ਅਤੇ ਇੱਥੇ ਤੁਸੀਂ ਕੈਸਾ ਮਹਿਸੂਸ ਹੋਇਆ? ਬਹੁਤ ਪੁਰ ਨਜ਼ਾਰੇ ਵਾਲੀ ਜਗ੍ਹਾ ਜਨਾਬ, ਬਹੁਤ ਖੂਬਸੂਰਤ ਮੰਜ਼ਰ ਹੈ. ਅੱਲਾਹ ਤਾਲਾ ਨਾਲ ਸਾਡੇ ਪਰ ਬਹੁਤ ਖਸੂਸੀ ਕਰਮ ਹੈ ਕਿ ਅੱਲਾਹ ਤਾਲਾ ਅਸਾਂ ਕੀ ਬਹੁਤ ਨਿਮਤੋਂ ਨਾਲ ਨਵਾਜ਼ਿਆ. ਅੱਲਾਹ ਤਾਲਾ ਅਸਾਂ ਕੀ ਦੁਨੀਆ ਨਹੀਂ ਕਿਸੇ ਚੀਜ਼ ਤੋਂ ਮਹਿਰੂਮ ਨਹੀਂ ਰੱਖਿਆ. ਆਪਣੀਆਂ ਕੁਦਰਤਾਂ, ਚਰਿੰਦ ਪਰਿੰਦ, ਆਬੋ ਹਵਾ, ਦਰਖਤ, ਹਰ ਚੀਜ਼ ਅਸਾਂ ਵਾਸਤੇ ਅੱਲਾਹ ਤਾਲਾ ਦੀ ਨਿਮਤ ਹੈ. ਖਾਸ ਬਿਲ ਖਸੂਸ ਕਿ ਜਿਹੜਾ ਸਾਡਾ ਅੱਲਾਹ ਨਾਲ ਸਾਡੇ ਪਰ ਖਸੂਸੀ ਕਰਮ ਹੈ ਕਿ ਸਾਡੀ ਪਿਆਰੀ ਆਬੋ ਹਵਾ ਹੈ. ਠੀਕ ਹੈ. ਉਸ ਤੋਂ ਬਾਅਦ ਕਿਉਂਕਿ ਗੌਰਮੈਂਟ ਆਫ ਕਸ਼ਮੀਰ ਮਕਬੂਜ਼ਾ ਏਰੀਆ ਉਹਨੇ ਨਹੀਂ ਵਜ੍ਹਾ ਕਰਕੇ ਇੱਥੇ ਕੋਈ ਤਰੱਕੀ ਨਹੀਂ ਹੋ ਸਕੀ. ਠੀਕ ਹੈ. ਬਾਕੀ ਅੱਲਾਹ ਤਾਲਾ ਅਸਾਂ ਕੀ ਹਰ ਸਹੂਲਤ ਹਰ ਨਿਮਤ ਨਾਲ ਨਵਾਜ਼ਿਆ. ਮਜ਼ੀਦ ਇਨਸ਼ਾਅੱਲਾ ਕੋਸ਼ਿਸ਼ ਹੈ ਕਿ ਕਸ਼ਮੀਰ ਜਲਦ ਅਜ ਜਲਦ ਇਨਸ਼ਾਅੱਲਾ ਇੰਟਰਨੈਸ਼ਨਲ ਪੁਆਇੰਟ ਪਰ ਜਾਸੀ. ਅਸਾਂ ਇਸ ਕੀ ਵਿਜ਼ਟਿਡ ਏਰੀਆ ਬਣਾਸਾਂ. ਇਨਸ਼ਾਅੱਲਾ ਕੋਸ਼ਿਸ਼ ਕਰਸਾਂ ਜਿਸ ਹੱਦ ਤੋੜੀ ਅਸਾਂ ਕਿ ਕਸ਼ਮੀਰ ਕੀ ਇੱਕ ਨਵਾਂ ਰੰਗ ਦਿਆਂ. ਲੋਕ ਆਵਣ ਇੱਥੇ ਤੱਕਣ ਸੁਣਨ. ਠੀਕ ਹੈ. ਕਸ਼ਮੀਰ ਨਾਲ ਵਿਜ਼ਿਟ ਕਰਨ. ਕਸ਼ਮੀਰ ਜਿਤਨੀ ਪਿਆਰੀ ਜਗ੍ਹਾ ਮੇਰੇ ਜ਼ਹਿਨ ਦੇ ਮੁਤਾਬਕ ਅੱਲਾਹ ਤਾਲਾ ਇਸ ਕਸ਼ਮੀਰ ਇਤਨੀ ਪਿਆਰੀ ਜਗ੍ਹਾ ਕੋਈ ਨਹੀਂ ਬਣਾਈ. ਠੀਕ ਹੈ. ਉਸ ਤੋਂ ਬਾਅਦ ਅਸਾਂ ਲੋਕਾਂ ਕੀ ਬਹੁਤ ਇਸ ਚੀਜ਼ ਦੀ ਕਦਰ ਹੈ. ਅਸਾਂ ਇਹਨਾਂ ਚੀਜ਼ਾਂ ਦੀ ਕਦਰ ਕਰ ਰਹੇ ਹਾਂ ਜਨਾਬ. ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰ ਰਹੇ ਹਾਂ. ਅੱਲਾਹ ਨੇ ਹਰ ਇੱਕ ਨਿਮਤ ਸਾਡੇ ਵਾਸਤੇ ਹੈ ਜਨਾਬ. ਯਾਨੀ ਕਿ ਹਰ ਇੱਕ ਨਿਮਤ ਹੈ ਜਨਾਬ ਅੱਲਾਹ ਤਾਲਾ ਨੇ ਅਸਾਂ ਵਾਸਤੇ ਬਹੁਤ ਪਿਆਰੀ ਅਤੇ ਬਹੁਤ ਅਸਾਂ ਕਦਰਦਾਨ ਹਾਂ. ਅੱਲਾਹ ਤਾਲਾ ਨੇ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਅੱਲਾਹ ਤਾਲਾ ਅਸਾਂ ਕੀਤੀਆਂ ਨਿਮਤਾਂ ਨਾਲ ਨਵਾਜ਼ਿਆ. ਜੀ ਭਾਈ ਜਾਨ, ਤਾਂ ਵਾਕਈ ਇਸ ਗੱਲਾਂ 'ਚ ਕੋਈ ਸ਼ੱਕ ਨਹੀਂ ਕਿ ਕਸ਼ਮੀਰ ਵਾਕਈ ਜੰਨਤ ਨਜ਼ੀਰ ਹੈ. ਅਤੇ ਇੱਥੇ ਯਾਨੀ ਹਰ ਤਰ੍ਹਾਂ ਦੀ ਖੂਬਸੂਰਤੀ ਹੈ, ਚੀੜਾਂ ਹਰ ਤਰ੍ਹਾਂ ਨਹੀਂ. ਸਿਰਫ ਖਾਲੀ ਮਸਲਾ ਇਹ ਹੈ ਕਿ ਇੱਥੇ ਦੀਆਂ ਰੋਡਾਂ ਨਹੀਂ ਠੀਕ. ਕਿਸੇ ਜਗ੍ਹਾ ਪਰ ਜਾਣੇ ਮਾਰਿਆਂ ਰੋਡ ਇੰਤਹਾਈ ਜ਼ਰੂਰੀ ਹੈ. ਠੀਕ ਹੈ. ਅਤੇ ਇਨਸ਼ਾਅੱਲਾ ਜਿਹੜਾ ਨਾ ਅਸਾਂ ਉਮੀਦ ਕਰਦੇ ਹਾਂ ਕਿ ਇੱਥੇ ਦੇ ਲੋਕ ਵੀ ਤਾਂ ਜਿਹੜੀ ਹਕੂਮਤ ਹੈ ਆਜ਼ਾਦ ਕਸ਼ਮੀਰ ਨੇ ਉਹ ਵੀ ਇਸ ਗੱਲਾਂ ਪਰ ਖਸੂਸੀ ਤਵੱਜੋ ਦੇਸਣ, ਰੋਡਾਂ ਛੋਡਾਂ ਠੀਕ ਕਰਸਣ. ਤਾਂ ਇਹ ਜਿਹੜੇ ਕਿਲੇ ਸ਼ਿਲੇ ਨੇ ਜਾਂ ਇਸ ਤਰ੍ਹਾਂ ਦੀਆਂ ਕੋਈ ਪੁਰਾਣੀਆਂ ਚੀਜ਼ਾਂ ਹੋਣੀਆਂ ਨੇ ਇਹ ਸਾਰੇ ਕਦੀਮਾ ਹੋਣਾ. ਅਤੇ ਇਸ ਕੀ ਜਿਹੜਾ ਨਾ ਅਸਾਂ ਕੀ ਇਸ ਨਾਲ ਖਸੂਸੀ ਖਿਆਲ ਰੱਖਣਾ ਚਾਹੀਦਾ. ਅਤੇ ਉਮੀਦ ਕਰਦੇ ਹਾਂ ਕਿ ਰਿਆਸਤ ਆਜ਼ਾਦ ਕਸ਼ਮੀਰ ਅਤੇ ਗੌਰਮੈਂਟ ਜਿਹੜੀ ਹੈ ਆਜ਼ਾਦ ਕਸ਼ਮੀਰ ਦੀ ਛੋਟਾਂ ਅਗਰ ਠੀਕ ਹੋਈ ਜਾਣ ਤਾਂ ਬੜਾ ਆਸਾਨੀ ਨਾਲ ਬੰਦਾ ਇੱਥੇ ਪੁੱਜ ਹੀ ਸਕਣਾ. ਅਸਾਂ ਇੱਥੇ ਪਿੱਛੇ ਬੜਾ ਸੋਹਣਾ ਜਿਹਾ ਗ੍ਰਾਂ ਸੀ ਅਤੇ ਬੜਾ ਸੋਹਣਾ ਨਜ਼ਾਰਾ ਇਸ ਗ੍ਰਾਂ ਦਾ. ਤਾਂ ਭਾਈ ਉਹਨਾਂ ਕੋਲ ਮਾਲੂਮਾਤ ਕਿੰਨੇ ਆ? ਆਪ ਇਹ ਦੱਸੋ ਕਿ ਪਿੱਛੇ ਕਿਹੜਾ ਗ੍ਰਾਂ ਆ, ਇਸ ਨੂੰ ਨਾਂ ਕਿਹਾ? ਤਮਾਮ ਤਾਰੀਫਾਂ ਅੱਲਾਹ ਤਾਲਾ ਦੀਆਂ ਜੀ. ਅਤੇ ਅੱਲਾਹ ਤਾਲਾ ਇਸ ਗ੍ਰਾਂ ਕੀ ਸ਼ਾਦੋ ਆਬਾਦ ਰੱਖਿਆ. ਇਹ ਜਨਾਬ ਕਿਲਾ ਕਰਜਾਈ ਤਲਾ ਗ੍ਰਾਂ ਹੈ. ਅਤੇ ਜਨਾਬ ਇੱਥੇ ਪਿੱਛੇ ਗਿਆਈ ਗੁਜਰਾਂ ਆਉਣੀ ਹੈ ਅਤੇ ਮੰਜਵਾਲ ਖੁਈਰੇਟਾ ਖੁਈਰੇਟਾ ਇਸ ਜਗ੍ਹਾ ਦਾ ਨਾਂ ਵੇ ਕਰਜਾਈ. ਸਾਹਮਣੇ ਤਲਾ ਗ੍ਰਾਂ ਹੈ ਜਿਹੜਾ ਤੁਸੀਂ ਇਹ ਵੇਖ ਰਹੇ ਹੋ, ਇਸ ਕੀ ਤਲਾ ਗ੍ਰਾਂ ਆਖਣੇ. ਇਹ ਸਾਹਮਣੇ ਜਨਾਬ ਕੋਟਲੇ ਨੇ ਪਹਾੜੇ, ਇਸ ਤੋਂ ਪਿੱਛੇ ਤਹਿਸੀਲ ਨਕਿਆਲ ਹੈ, ਜ਼ਿਲ੍ਹਾ ਕੋਟਲੀ ਆਜ਼ਾਦ ਕਸ਼ਮੀਰ ਦੀ ਤਹਿਸੀਲ ਨਕਿਆਲ ਹੈ. ਅਤੇ ਅੱਲਾਹ ਤਾਲਾ ਨਕਿਆਲ ਕੀ ਵੀ ਬਹੁਤ ਖੂਬਸੂਰਤੀ ਨਾਲ ਨਵਾਜ਼ਿਆ. ਅਤੇ ਬਹੁਤ ਅੱਲਾਹ ਤਾਲਾ ਨਾਲ ਖਸੂਸੀ ਕਰਮ ਹੈ ਜਨਾਬ ਇੱਥੇ. ਅਤੇ ਬਹੁਤ ਅੱਛੇ ਲੋਕ ਹੈ ਅਤੇ ਇਨਸ਼ਾਅੱਲਾ ਅਸਾਂ ਵੀ ਕੋਸ਼ਿਸ਼ ਕਰ ਰਹੇ ਹਾਂ ਜਨਾਬ ਕਿ ਇਨਸਾਨੀਅਤ ਦੀ ਕਦਰ ਕੀਤੀ ਜਾਏ, ਜਿਹੜੇ ਕਿ ਲੋਕ ਸਾਡੇ ਕੋਲ ਅੱਛਣ, ਅੱਛਾ ਵਰਤਾਓ ਕੀਤਾ ਜਾਏ ਉਹਨਾਂ ਨਾਲ, ਅੱਛੀ ਮੇਲ ਜੋਲ, ਅੱਛੀ ਗੱਪਸ਼ਾਪ ਅਸਾਂ ਉਹਨਾਂ ਦੀ ਅੱਛੀ ਇਨਫੋਰਮੇਸ਼ਨ ਦਿਆਂ,
और जनाब ये तुसा नीचे वाला एरिया भी तक्की सकने हो, ये तहसील खुईरेटा, ये जनाब नाला बौन है बिचें, ठीक है। उस तो बाद जनाब ये थल्ले मंजवाल ग्राम है, मंजवाल सामने जनाब जेडे पहाड़ नज़र आ रहे हैं, ये जनाब दरगुटी ने पहाड़ ते वो जनाब अगे जरा वो एरिया नज़र आई है जनाब, वो जिला कोटली डन्ना बड़ो ये एरिया वे डन्ना खुईरेटा डन्ना डूंगी डन्ना। उस तो बाद जनाब वो सामने जरा एरिया अच्छा वे वो वाला उसकी आखने फलाना फलाना जनाब बहुत सोहनी जगह वे, बहुत अच्छे लोग न। सारे तुसा यह दसो कि पिछले बर्फे ने प्हाड़ ने ये इंडिया च या इत्थै आजाद कश्मीर? ये जनाब इंडिया च आने मोड़ा शरीफ है जो कि इस बर्फ बिच आना है, जी सामने बर्फ है इस बिच मोड़ा शरीफ आना है, तो बाकी उस तो पिछे है जड़ा वो बार्डर है इंडिया नहीं, इंडिया आजाद कश्मीर नहीं बार्डर है जनाब।